ਜਦੋਂ ਮਾਂ ਕਈ ਵਾਰੀ ਕੁੱਟਦੀ ਹੈ ਨਾ ਬੱਚੇ ਨੂੰ, ਤੁਸੀਂ ਦੇਖਿਓ ਬੱਚਾ ਨਾਲੇ ਮਾਂ ਕੋਲੋਂ ਕਟਾਈ ਖਾਂਦਾ ਹੁੰਦਾ ਤੇ ਲੱਤਾਂ ਵੀ ਮਾਂ ਦੀ ਫੜਦਾ ਹੁੰਦਾ। ਹੁਣ ਬੱਚੇ ਨੂੰ ਪੁੱਛੋ, ਮਾਂ ਤਾਂ ਤੈਨੂੰ ਮਾਰਦੀ ਇਹਦੇ ਕੋਲੋਂ ਭੱਜ, ਇਹ ਤੈਨੂੰ ਕੁੱਟਦੀ ਇਹਦੇ ਕੋਲੋਂ ਭੱਜ, ਤੂੰ ਇਹਦੀ ਲੱਤਾਂ ਫੜੀ ਜਾਂਦਾ ਆ, ਤੂੰ ਇਹਨੂੰ ਜੱਫੀ ਪਾਈ ਜਾਂਦਾ ਆ। ਬੱਚਾ ਕਹੇਗਾ ਤੁਸੀਂ ਸ਼ਾਇਦ ਨਹੀਂ ਜਾਣਦੇ ਪਰ ਮੈਂ ਜਾਣਦਾ, ਜੇ ਮਾਂ ਮੈਨੂੰ ਮਾਰਦੀ ਆ ਤੇ ਪਿਆਰ ਵੀ ਮੈਨੂੰ ਮਾਏ ਕਰਦੀ, ਜੇ ਅੱਜ ਮੇਰੇ ਤੇ ਗੁੱਸੇ ਆ ਤੇ ਤਰਸ ਵੀ ਇਹ ਨਹੀਂ ਕਰਨਾ ਮੇਰੇ ਤੇ, ਜੇ ਮੈਨੂੰ ਇਹ ਮਾਰਨ ਲੱਗੀ ਹੈ ਤੇ ਇਹਨੇ ਬਾਅਦ ਵਿੱਚੋਂ ਮੈਨੂੰ ਸੀਨੇ ਨਾਲ ਵੀ ਇਹਨੇ ਹੀ ਲਾਉਣਾ ਆ, ਪਿਆਰ ਵੀ ਮੈਨੂੰ ਇਹਨੇ ਹੀ ਦੇਣਾ ਆ। ਪਰ ਰੱਬ ਵੀ ਸਾਡਾ ਏਦਾਂ ਦਾ ਹੀ, ਕਈ ਵਾਰ ਉਹ ਦੁੱਖ ਸਾਡੀ ਝੋਲੀ ਚ ਪਾ ਤਾ ਦਿੰਦਾ ਆ, ਅਸੀਂ ਭੱਜ ਜਾਂਦੇ ਹਾਂ ਕਿ ਆਪਣੀ ਮੇਰੀ ਝੋਲੀ ਚ ਦੁੱਖ ਪਾਤਾ, ਨਾ ਕਹਿਣਾ ਥੋੜਾ ਜਿਹਾ ਸਬਰ ਕਰ, ਜੇ ਅੱਜ ਤੇਰੀ ਝੋਲੀ ਚ ਦੁੱਖ ਪਾਇਆ ਤੇ ਕੱਲ ਨੂੰ ਮੈਂ ਤੇਰੀ ਝੋਲੀ ਵਿੱਚ ਖੁਸ਼ੀਆਂ ਵੀ ਪਾਉਣੀਆਂ। ਥੋੜਾ ਸਬਰ ਤਾਂ ਕਰ, ਇੰਤਜ਼ਾਰ ਤਾਂ ਕਰ, ਪਰ ਸਾਡੇ ਕੋਲ ਇੰਤਜ਼ਾਰ ਨਹੀਂ ਹੁੰਦਾ।